ਅਮਰੀਕਾ ਦੇ ਤਿੰਨ ਸਿੱਖ ਫੌਜੀਆ ਨੇ ਅਮਰੀਕੀ ਰੱਖਿਆ ਵਿਭਾਗ ਦੇ ਖਿਲਾਫ ਕੇਸ ਕਰ ਦਿੱਤਾ ਹੈ। ਇਹਨਾਂ ਸਿੱਖ ਫੌਜੀਆ ਕਮਰ ਸਿੰਘ, ਹਰਪਾਲ ਸਿੰਘ ਅਤੇ ਅਰਜਨ ਸਿੰਘ ਦੀ ਮੰਗ ਹੈ ਕਿ ਉਹਨਾਂ ਨੂੰ ਦਸਤਾਰ, ਦਾੜੀ ਤੇ ਕੇਸ ਵਰਗੇ ਸਿੱਖ ਧਰਮ ਦੇ ਕਕਾਰਾਂ ਦੇ ਨਾਲ ਸਮਝੋਤਾ ਕੀਤੇ ਬਿਨਾ ਅਮਰੀਕੀ ਹਥਿਆਰਬੰਦ ਫੌਜਾਂ ਦੇ ਵਿੱਚ ਭਰਤੀ ਹੋਣ ਦੀ ਆਗਿਆ ਦਿੱਤੀ ਜਾਵੇ। ਤਿੰਨਾਂ ਸਿੱਖ ਫੌਜੀਆ ਨੇ ਮਈ ਦੇ ਵਿੱਚ ਲੜਾਕੂ ਫੌਜੀ ਸਿਖਲਾਈ ਸ਼ੁਰੂ ਕਰਨ ਤੋਂ ਪਹਿਲਾਂ ਧਾਰਮਿਕ ਚਿੰਨ੍ਹ ਬਰਕਰਾਰ ਰੱਖਣ ਦੀ ਮੰਗ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਰੱਖਿਆ ਵਿਭਾਗ ਨੂੰ 23 ਮਾਰਚ ਨੂੰ ਪੱਤਰ ਵੀ ਲਿਖ ਚੁੱਕੇ ਨੇ ਪਰ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਜਿਸ ਦੇ ਕਾਰਨ ਉਹਨਾਂ ਸਿੱਖ ਕਲੇਸ਼ਨ ਬੈਕਰਟ ਫੰਡ ਫਾਰ ਰਿਲੀਜੀਅਸ ਲਿਬਰਟੀ ਅਤੇ ਮੈਕਡਰਮਟ ਵੈਲੈਂਡ ਐਮਰੀ ਦੇ ਨਾਲ ਮਿਲ ਕੇ ਰੱਖਿਆ ਵਿਭਾਗ ਤੇ ਕੇਸ ਦਾਇਰ ਕੀਤਾ।